ਦਾ ਸੰਬੰਧ ਮਦਰ ਡੇ ਵਾਲਿਆਂ ਨਾਲ ਬਹੁਤ ਜ਼ਿਆਦਾ ਹੀ ਆ। ਕੱਲ੍ਹ ਦੀ ਗੱਲ ਹੈ, ਮੈਂ ਆਪਣੇ ਕਿਤੇ ਯਾਰ ਦੇ ਘਰ ਗਿਆ ਸੀ। ਉਹ ਮੈਨੂੰ ਕਹਿੰਦਾ ਕਿਤੇ ਜਾਣਾ ਹੈ, ਮੈਂ ਗਿਆ ਉਹਦੇ ਘਰ ਗਿਆ ਅਤੇ ਉਸਦੀ ਮਾਤਾ ਉਹਨੂੰ ਕਹਿੰਦੀ ਵੀ ਪੁੱਤ ਇੱਕ ਗਲਾਸ ਪਾਣੀ ਫੜਾ ਦੇ। ਤਾਂ ਪੁੱਤ ਪਤਾ ਕੀ ਕਹਿੰਦਾ, ਕਹਿੰਦਾ ਦਫਾ ਜਾ ਪਰੇ। ਉਹਨੂੰ ਪੁੱਛਣ ਵਾਲਾ ਹੋਵੇ ਹੁਣ ਤੂੰ ਮਦਰ ਡੇ ਵਾਲੇ ਦਿਨ ਬੜੀਆਂ ਫੋਟੋਆਂ ਪਾ ਰਿਹਾ ਸੀ, ਹੁਣ ਤੂੰ ਕਹਿ ਰਿਹਾ ਦਫਾ ਜਾ ਪਰੇ। ਉਹਨੂੰ ਇਹ ਦੱਸ ਵੀ ਪਿਆਰ ਜਿਹੜਾ ਵਾ ਮਾਵਾਂ ਲਈ ਸੁਣਨ ਵਾਸਤੇ ਹੀ। ਉਹ ਕਾਕਾ ਪਿਆਰ ਉਹ ਹੁੰਦਾ ਮਾਂ ਲਈ ਜਿਹੜਾ ਸਵੇਰੇ ਉੱਠ ਕੇ ਅਰਦਾਸ ਕਰੇ ਵੀ ਮੇਰੀ ਮਾਂ ਲੰਬੀ ਉਮਰ ਜੀਵੇ। ਇਹ ਨਹੀਂ ਆ ਵੀ ਬਸ ਇੰਸਟਾਗ੍ਰਾਮ ਫੇਸਬੁੱਕ 'ਤੇ ਫੋਟੋਆਂ ਪਾ ਲਈਆਂ ਅਤੇ ਕੁੜੀਆਂ ਇੰਪ੍ਰੈਸ ਕਰ ਲਈਆਂ। ਹਾਂਜੀ, ਵੀ ਮੁੰਡਾ ਬਹੁਤ ਇੰਪ੍ਰੈਸ ਕਰਦਾ ਆਪਣੇ ਘਰਦਿਆਂ ਨੂੰ, ਮਤਲਬ ਪਿਆਰ ਕਰਦਾ ਹੈ। ਉਹ ਗੱਲ ਨਹੀਂ ਹੁੰਦੀ ਕਾਕਾ, ਪਿਆਰ ਹਮੇਸ਼ਾ ਦਿਲੋਂ ਕੱਟਣਾ ਪੈਂਦਾ, ਦਿਲੋਂ ਕਰੀਏ ਫਿਰ ਜਾ ਕੇ ਉਮਰਾਂ ਵੱਧਦੀਆਂ ਨੇ, ਜਾ ਕੇ ਰੱਬ ਸੁਣਦਾ। ਫੋਟੋਆਂ ਪਾਉਣ ਨਾਲ ਨਹੀਂ ਕੁਝ ਵੀ ਹੋਣਾ। ਬਸ ਇੰਨਾ ਕੁ ਸਮਝਾਉਣਾ ਚਾਹੁੰਦਾ ਸੀ ਮੈਂ ਮਦਰ ਡੇ ਵਾਲਿਆਂ ਨੂੰ ਬਸ।